ਦੇਸ਼ ਭਰ ਵਿੱਚ ਅੱਜ ਤੋਂ ਅਨਲੌਕ 1 ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤਾਂ ਦੀ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਵੇਲੇ ਫਰੀਦਕੋਟ ਦੇ ਕੁਝ ਸੰਸਥਾਵਾਂ ਦੇ ਜਿਹੜੇ ਉਧੇਦਾਰ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਇਹ ਜਿਹੜਾ ਅਨਲੌਕ 1 ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਨ ਆਮਨ ਵਿਡਿੰਗ ਜੀ ਤੁਸੀਂ ਅਨਲੌਕ 1 ਨੂੰ ਕਿਸ ਤਰ੍ਹਾਂ ਲੈਣੇ ਹੈ ਅ ਦੇਖੋ ਜੀ ਸਰਕਾਰ ਵੱਲੋਂ ਐਲਾਨ ਹੋਇਆ ਜਿਹੜਾ ਅਨਲੌਕ 1 ਦਾ ਜਿਹੜਾ ਅੱਜ ਤੋਂ ਪਹਿਲਾ ਦਿਨ ਆ ਸਟਾਰਟ ਆ ਅ ਦੇਖੋ ਹੋਪਸੋ ਵੀ ਜਿਹੜੀ ਆ ਗੱਡੀ ਆਪਰੇਟਰੀ ਦੇ ਉੱਪਰ ਆਏਗੀ ਹੌਲੀ ਹੌਲੀ ਕਿਉਂਕਿ ਰੋਜ਼ਗਾਰ ਖਤਮ ਹੋ ਚੁੱਕੇ ਸੀ ਕਾਰੋਬਾਰ ਸਾਰਿਆਂ ਦੇ ਠੱਪ ਹੋ ਚੁੱਕੇ ਸੀ ਜੇ ਕੋਈ ਦਿਹਾੜੀਦਾਰ ਬੰਦਾ ਸੀ ਤਾਂ ਉਹਦਾ ਵੀ ਰੋਜ਼ਗਾਰ ਜਿਹੜਾ ਅੱਜ ਖਤਮ ਹੋ ਚੁੱਕਿਆ ਸੀ ਔਰ ਰੋਟੀ ਦੇ ਜਿਹੜੇ ਲਾਲੇ ਪੈ ਚੁੱਕੇ ਸੀ ਸੋ ਅੱਜ ਜਿਹੜਾ ਇਹ ਥੋੜਾ ਜਿਹਾ ਮਾਹੌਲ ਆ ਚੇਂਜ ਹੋਇਆ ਚਹਿਲ ਪਹਿਲ ਕਾਫੀ ਦੇਖਣ ਨੂੰ ਮਿਲੀ ਕੁਝ ਕਾਰੋਬਾਰ ਵੀ ਸ਼ੁਰੂ ਹੋਏ ਨੇ ਦੁਕਾਨਾਂ ਖੁੱਲੀਆਂ ਨੇ ਕੰਟੀਨਿਊ ਜਾਂ ਹੋਰ ਜਿਹੜੀਆਂ ਹੈਗੀਆਂ ادارے ਖੁੱਲੇ ਨੇ ਸੋ ਇਸ ਕਰਕੇ ਕਿਉਂਕਿ ਲਾਕਡਾਊਨ ਦੇ ਦੌਰਾਨ ਵੀ ਪੇਸ਼ੈਂਟਾਂ ਦੇ ਅੰਦਰ ਕੋਈ ਕਮੀ ਨਹੀਂ ਆਈ ਪਰ ਸਰਕਾਰ ਨੇ ਵੀ ਇਹ ਫੈਸਲਾ ਲਿਆ ਵੀ ਜੇ ਲਾਕਡਾਊਨ ਦੇ ਦੌਰਾਨ ਇੰਨੇ ਤਦਾਦ ਦੇ ਵਿੱਚ ਪੇਸ਼ੈਂਟ ਆ ਰਹੇ ਆ ਤਾਂ ਜਿਹੜਾ ਹੈਗਾ ਫਿਰ ਉਹਨਾਂ ਨੇ ਵੀ ਥੋੜਾ ਸੋਚਿਆ ਵੀ ਕਿਉਂਕਿ ਸਰਕਾਰ ਦੇ ਵੀ ਹੱਥ ਖੜੇ ਹੋ ਚੁੱਕੇ ਸੀ ਵੀ ਇੰਨਾ ਚਿਰ ਜਿਹੜਾ ਹੈਗਾ ਉਹ ਬੰਦੀ ਦੇ ਦੌਰਾਨ ਲੋਕਾਂ ਦੇ ਜਿਹੜਾ ਹੈਗਾ ਜੀਵਨ ਦੇ ਉੱਪਰ ਬੜਾ ਪ੍ਰਭਾਵ ਪੈ ਰਿਹਾ ਸੀ ਸੋ ਜਿਹੜਾ ਹੈਗਾ ਅੱਜ ਦਾ ਜਿਹੜਾ ਇਹ ਪਹਿਲਾ ਦਿਨ ਆ ਅੱਗੇ ਪ੍ਰਮਾਤਮਾ ਭਲੀ ਕਰੇ ਤਾਂ ਜੋ ਸਾਡੇ ਦੇਸ਼ ਦੇ ਅੰਦਰ ਸਾਡੇ ਸਮਾਜ ਦੇ ਸਾਡੀ ਦੁਨੀਆ ਜਿਹੜੀ ਹੈਗੀ ਆ ਉਹ ਹੱਸੇ ਵਸੇ ਰਸੇ ਖੇਡੇ ਤਾਂ ਜੋ ਜਿਹੜਾ ਹੈਗਾ ਭਿਆਨਕ ਬਿਮਾਰੀ ਆ ਜਿਹੜੀ ਇਹਦੇ ਦੌਰ ਦੇ ਜਿਹੜਾ ਖੌਫ ਸੀ ਆ ਉਹਦੇ ਵਿੱਚੋਂ ਬਾਹਰ ਆ ਸਕਣ ਸਾਡੇ ਨਾਲ ਹੋਰ ਵੀ ਸਾਥੀ ਜੁੜੇ ਨੇ ਤੇ ਤੁਸੀਂ ਜਿਹੜਾ ਅਨਲੌਕ 1 ਦੇ ਵਿੱਚ ਸਰਕਾਰ ਨੇ ਰਾਇਤਾਂ ਦਿੱਤੀਆਂ ਹੈਗੀਆਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੱਕ ਗੱਲ ਜਿਹੜਾ ਹੈਗਾ ਧਿਆਨ ਚ ਲਿਆਉਣਾ ਚਾਹੁੰਦਾ ਸਰਕਾਰ ਦੇ ਵੀ ਸਰਕਾਰ ਨੇ ਸਾਰੇ ادارے ਖੋਲਤੇ ਜੋ ਕਿ ਸਕੂਲ ਜਿਹੜੇ ਹੈਗੇ ਇਹਨਾਂ ਨੇ ਕਈ ਆਪਸ਼ਨਾਂ ਦੇ ਕੇ ਅਜੇ ਬੰਦ ਕਰ ਰੱਖਿਆ ਕਈ ਕੋਚਿੰਗ ਸੈਂਟਰ ਹੈ ਜਿੰਨਾ ਜਿਹੜੇ ਕਿ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਇਮੀਗ੍ਰੇਸ਼ਨ ਦਾ ਕੰਮ ਬਹੁਤ ਜ਼ਿਆਦਾ ਪਰਫੁੱਲਸ ਸੀਗਾ ਜੋ ਕਿ ਹੁਣ ਬਿਲਕੁਲ ਜ਼ੀਰੋ ਲੈਵਲ ਤੇ ਆ ਡਿੱਗ ਗਿਆ ਜੋ ਕਿ ਉਹਨਾਂ ਦੇ ਜੋ ਇਮੀਗ੍ਰੇਸ਼ਨ ਦੇ ਵਿੱਚ ਕਟੋ-ਕਟ 10 ਲੱਖ ਬੰਦਾ ਪੰਜਾਬ ਦਾ ਬੇਰੁਜ਼ਗਾਰ ਹੋ ਚੁੱਕਿਆ ਜੋ ਕੋਚਿੰਗ ਸੈਂਟਰਾਂ ਦੇ ਨਾਲ ਜੁੜੇ ਸੀ ਜੋ ਟੀਚਰ ਸੀ ਜੋ ਸਕੂਲਾਂ ਦੇ ਵਿੱਚ ਪੀਐਨਸੀ ਜਿਹੜੀਆਂ ਕੰਟੀਨਾਂ ਚੱਲਦੀਆਂ तकरीबन ਕਾਫੀ ਪਰਿਵਾਰ ਹੈ ਜੋ ਬੇ ਬੇ ਜਿਹੜੇ ਹੈਗੇ ਰੁਜ਼ਗਾਰ ਹੋ ਚੁੱਕੇ ਆ ਬਹੁਤ ਜ਼ਿਆਦਾ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪ੍ਰਾਈਵੇਟ ਸੰਸਥਾਵਾਂ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੀਆਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਔਖੀ ਘੜੀ ਦੇ ਵਿੱਚ ਲੰਘ ਰਹੀਆਂ ਫਿਰ ਵੀ ਚਲੋ ਅਸੀਂ ਤਾਂ ਸ਼ੁਕਰ ਕਰਦੇ ਹਾਂ ਸਰਕਾਰ ਦਾ ਵੀ ਇਹ ਜਿਹੜਾ ਹੈਗਾ ਲਾਕਡਾਊਨ ਇੱਕ ਜਿਹੜਾ ਸ਼ੁਰੂ ਕੀਤਾ ਇਹਨਾਂ ਨੇ ਕਾਫੀ ਮਾਹੌਲ ਦੇਖਣ ਨੂੰ ਮਿਲ ਰਿਹਾ ਕਾਫੀ ਲੋਕ ਆਪਦੇ ਕਮਾਕਾਰਾਂ ਤੇ ਜਾ ਰਹੇ ਆ ਤੇ ਇਸ ਚੀਜ਼ ਦਾ ਸਾਨੂੰ ਜਿਹੜਾ ਹੈਗਾ ਦੁਬਾਰਾ ਕੋਸ਼ਿਸ਼ ਕਰਾਂਗੇ ਵੀ ਅਸੀਂ ਦੁਬਾਰਾ ਉਸ ਪਟੜੀ ਤੇ ਆ ਚੁੱਕੀਏ ਕਿਉਂਕਿ ਇਸ ਲਾਕਡਾਊਨ ਦਾ ਬਹੁਤ ਜ਼ਿਆਦਾ ਹਰਜਾਨਾ ਸਾਡੇ ਗਰੀਬ ਲੋਕਾਂ ਨੇ ਝੱਲਿਆ ਜੋ ਕਿ ਕਈਆਂ ਨੇ ਸੁਸਾਇਡ ਕਰ ਲਿਆ ਕਈਆਂ ਨੇ ਤੁਸੀਂ ਪਿੱਛੇ ਜੇ ਸੁਣਿਆ ਹੋਵੇਗਾ ਇੱਕ ਮੁੰਡੇ ਨੂੰ ਨਵੇਂ ਸ਼ਹਿਰ ਵਾਲੇ ਨੂੰ ਤਨਖਾਹ ਨਹੀਂ ਮਿਲੀ ਤੇ ਉਹਨੇ ਸੁਸਾਈਡ ਕਰ ਲਿਆ ਬੈਂਕ ਦਾ ਮੈਨੇਜਰ ਦਾ ਨਾਮ ਲਿਖ ਕੇ ਤੋਂ ਕਾਫੀ ਆਹੋ ਜੇ ਗਰੀਬ ਪਰਿਵਾਰ ਸੀ ਜਿਹੜੇ ਕਿ ਮਜ਼ਦੂਰ ਵਿਚਾਰੇ ਨਿੰਨੀ ਦੂਰ ਤੁਰੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਖ ਜਿਹੜਾ ਮੁਸ਼ਕਿਲ ਦਾ ਸਾਹਮਣਾ ਚੱਲਣਾ ਪਿਆ ਪਰ ਜਿਹੜੀਆਂ ਚੀਜ਼ਾਂ ਸਰਕਾਰ ਨੇ ਕੀਤੀਆਂ ਉਹ ਲੋਕਡਾਊਨ ਖੋਲਤਾ ਲੋਕ ਉਹ ਕਿਦੋਂ ਤੱਕ ਉਹਨਾਂ ਤਾੜ ਕੇ ਰੱਖ ਸਕਦੇ ਸੀ ਇਸ ਕਰਕੇ ਅਸੀਂ ਤਾਂ ਇਹ ਕਿ ਚਾਹੁੰਦੇ ਆ ਸਰਕਾਰ ਨੂੰ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਮੈਡੀਕਲ ਸਾਈਡ ਤੇ ਧਿਆਨ ਦੇਣ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀ ਕਰਨ ਵੀ ਜਨਤਾ ਨੂੰ ਵੀ ਪਬਲਿਕ ਨੂੰ ਵੀ ਮੈਂ ਅਪੀਲ ਕਰਦਾ ਵੀ ਉਹ ਆ ਲਾਕਡਾਊਨ ਦੀਆਂ ਹਰੇਕ ਪਾਲਣਾਵਾਂ ਨੂੰ ਜਿਹੜਾ ਹੈਗਾ ਪਾਲਣਾ ਕਰਨ ਜੋ ਵੀ ਰੂਲ ਦਿੱਤੇ ਆ ਸਰਕਾਰ ਨੇ ਤੇ ਹੋਰ ਤਾਂ ਬਸ ਇਹ ਹੀ ਆ ਵੀ ਮੈਂ ਤਾਂ ਵਾਹਿਗੁਰੂ ਤੋਂ ਅਰਦਾਸ ਕਰਦਾ ਵੀ ਸਾਰੇ ਲੋਕ ਮੇਰੇ ਵੀਰ ਜਿਹੜੇ ਪਰਿਵਾਰ ਮਜ਼ਦੂਰ ਵਾਪ ਗਏ ਆ ਆਪਣੇ ਪਿੰਡਾਂ ਨੂੰ ਉਹ ਵਾਪਸ ਆਉਣ ਆਪਣੇ ਕੰਮ ਕਰ ਕਰਨ ਤੇ ਆਪਦਾ ਘਰ ਦਾ ਗੁਜ਼ਾਰਾ ਚਲਾਉਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅਨਲੋਕ ਬੰਦ ਦੇ ਵਿੱਚ ਸਹੂਲਤਾਂ ਦਿੱਤੀਆਂ ਆਪਣਾ ਜਿਹੜੀਆਂ ਹਦਾਇਤਾਂ ਦਿੱਤੀਆਂ ਸਰਕਾਰ ਨੇ ਤੇ ਦਿਇਆ ਦਿੱਤੀਆਂ ਇਹ ਪਿਛਲੇ 2 ਮਹੀਨਿਆਂ ਦੇ ਕਰਫੂ ਦੌਰਾਨ ਲੋਕਾਂ ਦੇ ਕੰਮਕਾਰ ਬਿਲਕੁਲ ਬੰਦ ਹੋ ਚੁੱਕੇ ਸਨ ਔਰ ਬਹੁਤ ਹੀ ਬਾਜ਼ਾਰ ਵਿੱਚ ਮੰਦੀ ਦਾ ਅਸਰ ਦੇਖ ਨੂੰ ਮਿਲਿਆ ਹੈ ਜਿਹੜਾ ਸਰਕਾਰ ਨੇ ਅੱਜ ਅਨਲੋਕ ਪਾਰਟ ਸ਼ੁਰੂ ਕੀਤਾ ਹੈ ਉਸ ਦਾ ਪਹਿਲਾ ਦਿਨ ਹੈ ਇਸ ਨਾਲ ਬਾਜ਼ਾਰ ਵਿੱਚ ਚਹਿਲ ਪਹਿਲ ਹੈ ਲੋਕ ਆਏ ਹਨ ਖਰੀਦਦਾਰੀ ਕਰ ਰਹੇ ਹਨ ਜਿਸ ਨਾਲ ਦੁਕਾਨਦਾਰਾਂ ਦਾ ਕੰਮਕਾਰ ਚੱਲ ਰਿਹਾ ਹੈ ਇਸ ਨਾਲ ਫੈਕਟਰੀਆਂ ਦਾ ਕੰਮ ਵੀ ਚੱਲੂਗਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਇਹ ਇੱਕ ਅੱਛਾ ਸਰਕਾਰ ਦਾ ਫੈਸਲਾ ਜੀ ਅਨਲੌਕ ਪਾਰਟ ਸ਼ੁਰੂ ਕਰਨ ਦਾ ਹੌਲੀ-ਹੌਲੀ ਸਰਕਾਰ ਨੂੰ ਚਾਹੀਦਾ ਵੀ ਸਭ ادارے ਖੋਲੇ ਜਾਣ ਟ੍ਰੇਨਾਂ ਸ਼ੁਰੂ ਕੀਤੇ ਜਾਣ ਬੱਸਾਂ ਸ਼ੁਰੂ ਕੀਤੇ ਜਾਣ ਔਰ ਇੰਟਰਨੈਸ਼ਨਲ 에ਅਰਪੋਰਟ ਵੀ ਸ਼ੁਰੂ ਕੀਤੇ ਜਾਵੇ ਵੀ ਲੋਕ ਆਪਦੇ ਘਰਾਂ ਨੂੰ ਵਾਪਸ ਜਾ ਸਕਣ ਜਿਹੜੇ ਐਨਆਰ ਬਾਹਰੋਂ ਆਏ ਹਨ ਤੁਸੀਂ ਵੇਖਿਆ ਕਿ ਅਨਲੋਕ 1 ਦੇ ਵਿੱਚ ਭਾਵੇਂ ਸਰਕਾਰ ਵੱਲੋਂ ਬਹੁਤ ਰਾਜਤਾਂ ਤੇ ਜਿਹੜੀਆਂ ਹੈਗੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਲੇਕਿਨ ਹਜੇ ਵੀ ਪੰਜਾਬ ਦੇ ਲੋਕਾਂ ਦੀ ਬਹੁਤ ਉਮੀਦਾਂ ਹਨ ਫਰੀਦਕੋਟ ਤੋਂ ਰਜੀਵ ਸ਼ਰਮਾ ਨਿਊਜ਼ ਪੰਜਾਬ ਹਰਿਆਣਾ ਹਿਮਾਚਲ